की रोडवेज वाले करप्ट होंगे आ। अच्छा जे किसी का समान बस रह जाए तो मोड़ते नहीं, पर जे बंदा पंजाबी होवे मेहनत नाल सची सुची किरत करने वाला होवे फिर तो भाई बंदा करप्ट ना होया ना। सारे इको जे नहीं होंगे वीरियो, कई इस सरदार जी वर्गे ईमानदार बंदे भी होंगे ने। देख लो जे कि ईमान डोल जाता नाले तो पग नूं दाग लगना सी, नाले विचारे बंदे का इन्ना नुकसान हो जाना सी। पर सलूट है वीर नूं। तुसी भी देखो अज भी लोगों की ईमानदारी जागती है। नाम नरेंद्र जी मोबाइल करो रहा, मेरा मोबाइल है 30 तरीक मैं चंडीगढ़ जा रहा जी, रेडमी 5G का फोन से मेरा। मैं कुराली उतरिया, उत्थे मैं जिदा ही उतरिया तो उदा ही मैं चल वड़िया, सीट पर रह गया कितने फोन कुदरती। दैन बाद फिर मैं संपर्क कराया, काफ़ी ट्राई कराया फोन, तो बाद फिर मैं अगे भाई साहब उन्होंने भेजा मेरे फ्रेंड न, फिर उन्होंने भाजी संपर्क कराया तो कहें भी टिकट ले आओ तो बंदे ले आओ, मोबाइल ताडा मेरे को है। ਤਰਲੋਕ ਸਿੰਘ ਜੀ ਕਿੱਥੇ ਤੁਸੀਂ ਕਰਦੇ ਹੋ ਜੋਬ, ਕੀ ਕਰਦੇ ਹੋ? ਮੈਂ ਪਨਵਾਸ ਬਟਾਲਾ ਡਿਪੂ ਦੇ ਬਤੌਰ ਡਰਾਈਵਰ ਦੀ ਡਿਊਟੀ ਕਰਦਾ ਆ ਰਿਹਾ, ਅਤੇ ਚੌਧਰੀ ਵਾਲਾ ਆਪਣਾ ਪਿੰਡ ਆ। ਇਹ ਦੱਸੋ ਕਿ ਜਿਹੜੇ ਟੋਕਸ ਤੁਹਾਨੂੰ ਲੱਭੇ ਆ ਕਿਸ ਤਰ੍ਹਾਂ ਲੱਭੇ ਸੀ? ਕਰਦੇ ਇਹ ਆਪਣਾ ਬੱਸ ਦੇ ਵਿੱਚ ਪਏ ਸੀਗੇ, ਅਤੇ ਉਹ ਵੀ ਅਚਾਨਕ ਇੱਕ ਬੀਬੀ ਥੈਲਾ ਛੱਡ ਗਈ ਸੀਗੀ ਅਤੇ ਪਾਪਾ ਵਾਪਸ ਕਰ ਦਿੱਤੇ ਪਿੱਛੇ ਜੀ। ਇਸ ਤੋਂ ਪਹਿਲਾਂ ਵੀ ਤੁਸੀਂ ਵਾਪਸ ਕੀਤਾ? ਇਸ ਤੋਂ ਹਾਂਜੀ ਜੀ, ਇਸ ਤੋਂ ਪਹਿਲਾਂ ਵਾਪਸ ਕਰ ਚੁੱਕੇ ਹਾਂ ਆਪਾਂ। ਹੁਣ ਆਪਾਂ ਨੂੰ ਇੱਕ ਮੋਬਾਈਲ ਮਿਲਿਆ ਵਾ ਚੰਡੀਗੜ੍ਹ ਜਾਣ ਦੇ ਰਸਤੇ 'ਤੇ, ਸ਼ੀਟ ਦੇ ਕਿਸੇ ਦਾ ਮੋਬਾਈਲ ਰਹਿ ਗਿਆ ਵੀਰ ਦਾ, ਅਤੇ ਇਹਨਾਂ ਨੇ ਤਾਂ ਫੋਨ ਮੈਨੂੰ ਕੀਤਾ ਨਹੀਂ ਉੱਤੇ। ਮੈਂ ਆਪਣੇ ਫੋਨ ਤੋਂ ਕੁਦਰਤੀ ਇੱਕ ਮੁੰਡੇ ਨੇ ਮੈਨੂੰ ਪੁੱਛਿਆ ਵੀ ਇੱਦਾਂ ਤੁਹਾਡੀ ਗੱਡੀ ਮੰਗਵਾ ਰਿਹਾ, ਮੈਂ ਵੀ ਆਪਣੀ ਟਿਕਟ ਮੈਨੂੰ ਦਿਖਾ ਦਿਉ। ਟਿਕਟ ਉਹਨਾਂ ਕੋਲ ਮੌਜੂਦ ਨਹੀਂ ਹੋਈ, ਮੈਂ ਕਿਹਾ ਵੀ ਜਿਸ ਵੀਰ ਦਾ ਮੋਬਾਈਲ ਹੈ ਉਹ ਮੇਰੇ ਕੋਲ ਟਿਕਟ ਲੈ ਕੇ ਆਵੇ ਅਤੇ ਮੇਰੇ ਨਾਲ ਕੰਫਰਮ ਕਰੇ ਤਾਂ ਆਪਾਂ ਦਿੱਤਾ ਜਾਏਗਾ। ਅਤੇ ਮੇਰੇ ਫੋਨ 'ਤੇ ਫੋਨ ਆਉਂਦਾ ਰਿਹਾ, ਅੱਜ ਤੱਕ ਉਹ ਫੋਨ 'ਤੇ ਫੋਨ ਨਹੀਂ ਮੈਨੂੰ ਕਨੈਕਟ ਹੋਇਆ ਮੇਰਾ, ਅਤੇ ਇੱਕ ਵੀਰ ਆਇਆ ਆਪਣੇ ਕੋਲ, ਉਹਨਾਂ ਨੇ ਕਨੈਕਟ ਕੀਤਾ ਵੀ ਕਹਿੰਦਾ ਮੇਰਾ ਵਾ, ਅਤੇ ਆਪਾਂ ਨੂੰ ਤੁਹਾਡੀ ਪ੍ਰੈਸ ਤੋਂ ਹੁੰਦੀ ਆ ਮੌਜੂਦਗੀ ਦੇ ਵਿੱਚ ਇਹ ਮੋਬਾਈਲ ਉਹਨਾਂ ਨੂੰ ਵਾਪਸ ਕਰਤਾ। ਕੀ ਰੋਡਵੇਜ਼ ਵਾਲੇ ਕਰਪਟ ਹੁੰਦੇ ਆ? ਅੱਛਾ ਜੇ ਕਿਸੇ ਦਾ ਸਮਾਨ ਬਸ ਰਹਿ ਜਾਵੇ ਤਾਂ ਮੋੜਦੇ ਨਹੀਂ, ਪਰ ਜੇ ਬੰਦਾ ਪੰਜਾਬੀ ਹੋਵੇ ਮਿਹਨਤ ਨਾਲ ਸੱਚੀ ਸੁੱਚੀ ਕਿਰਤ ਕਰਨ ਵਾਲਾ ਹੋਵੇ ਫਿਰ ਤਾਂ ਬਈ ਬੰਦਾ ਕਰਪਟ ਨਾ ਹੋਇਆ ਨਾ। ਸਾਰੇ ਇੱਕੋ ਜਿਹੇ ਨਹੀਂ ਹੁੰਦੇ ਵੀਰਿਓ, ਕਈ ਇਹ ਸਰਦਾਰ ਜੀ ਵਰਗੇ ਇਮਾਨਦਾਰ ਬੰਦੇ ਵੀ ਹੁੰਦੇ ਨੇ। ਦੇਖ ਲਓ ਜੇ ਕਿਤੇ ਇਮਾਨ ਡੋਲ ਜਾਂਦਾ ਨਾਲੇ ਤਾਂ ਪੱਗ ਨੂੰ ਦਾਗ ਲੱਗਣਾ ਸੀ, ਨਾਲੇ ਵਿਚਾਰੇ ਬੰਦੇ ਦਾ ਇੰਨਾ ਨੁਕਸਾਨ ਹੋ ਜਾਣਾ ਸੀ। ਪਰ ਸਲੂਟ ਹੈ ਵੀਰ ਨੂੰ। ਤੁਸੀਂ ਵੀ ਦੇਖੋ ਅੱਜ ਵੀ ਲੋਕਾਂ ਦੀ ਇਮਾਨਦਾਰੀ ਜਾਗਦੀ ਹੈ। ਆਪਾਂ ਗੜੋ ਗਲੀ ਬੱਸ ਦੇਖ ਕੇ